ਪਹਿਲੀ ਮੰਗ ਤੇ ਸਰੀਰਕ ਤਸ਼ੱਦਦ ਵੀ ਕੀਤਾ ਥਾਣੇ ਦੇ ਵਿੱਚ, ਉਹਦੇ ਬਾਰੇ ਕੀ ਹੈ ਕੇਸ? ਇਹਦੇ ਤੇ ਸੀਐਮਓ ਸਾਹਿਬ ਨੇ ਬੋਰਡ ਕੰਸਟੀਟਿਊਟ ਕਰਤਾ ਸੀ, ਜਿਹੜੀ ਥਾਰੋਲੀ ਇਨਵੈਸਟੀਗੇਸ਼ਨ ਜਿਹੜੀ ਉਹਨਾਂ ਨੇ ਕੀਤੀ ਹੈ ਡਾਕਟਰਸ ਨੇ, ਉਹ ਰਿਪੋਰਟ ਸਾਡੇ ਕੋਲ ਪਹੁੰਚ ਗਈ ਜੀ। ਉਹਦੇ ਵਿੱਚ ਤੁਸੀਂ ਕਹੋ ਵੀ ਲਗਭਗ 6 ਤੋਂ 7 ਜਿਹੜੀਆਂ ਸੀਰੀਅਸ ਇੰਜਰੀਜ਼ ਉਹਦੇ ਵਿੱਚ ਆਈਆਂ। ਅਤੇ ਕਿੱਥੇ ਕਿੱਥੇ ਇੰਜਰੀਜ਼ ਨੇ? ਦੇਖੋ ਇੰਜਰੀਜ਼ ਉਹਨਾਂ 'ਤੇ ਤੁਸੀਂ ਕਹਿ ਸਕਦੇ ਹੋ ਵੀ ਪੈਰਾਂ 'ਤੇ ਵੀ ਹੈਗੀਆਂ ਨੇ, ਸੋ ਕਾਫੀ ਤੁਸੀਂ ਕਹਿ ਸਕਦੇ ਹੋ ਹੱਥਾਂ 'ਤੇ ਵੀ ਇੰਜਰੀਜ਼ ਨੇ, ਈਵਨ ਤੁਸੀਂ ਕਹਿ ਸਕਦੇ ਹੋ ਵੀ ਸੀਕਰਟ ਪਾਰਟਸ ਦੇ ਉੱਪਰ ਵੀ ਇੰਜਰੀਜ਼ ਆਈਆਂ ਨੇ। ਵਕੀਲ ਸਾਹਿਬ, ਇੱਕ ਵੱਡਾ ਸਵਾਲ ਇਹ ਆ ਜਾਂਦਾ ਕਿ ਥਾਣਿਆਂ ਦੇ ਵਿੱਚ ਸੀਸੀਟੀਵੀ ਕੈਮਰੇ ਨਹੀਂ ਲੱਗਣੇ ਹੋਣੇ ਚਾਹੀਦੇ, ਕਿਉਂਕਿ ਪੁਲਿਸ ਜਿਹਨੂੰ ਦੇਖਦੀ ਆ ਟੋਰਚਰ ਕਰ ਦਿੰਦੀ ਆ, ਇਹ 'ਤੇ ਕੋਈ ਰੋਕ ਲੱਗਣੀ ਚਾਹੀਦੀ ਆ ਪੱਕੇ ਤੌਰ 'ਤੇ? ਅੱਜ ਇੱਕ ਮਿੰਟ, ਅੱਜ ਐਲੀ ਮਾਰਕੀਟ ਫਸਿਆ, ਕੱਲ੍ਹ ਨੂੰ ਕੋਈ ਹੋਰ ਹੋ ਸਕਦਾ? ਨੋ ਡਾਊਟ, ਦੇਖੋ ਪੁਲਿਸ ਦੇ ਕੰਮ ਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ। ਪੰਜਾਬ ਦੀ ਜਿਹੜੀ ਪੁਲਿਸ ਹੈ, ਮੈਨੂੰ ਲੱਗਦਾ ਆਪਣੇ ਕੰਟਰੀ ਦੀ ਜਿਹੜੀ ਪੁਲਿਸ ਹੈ, ਉਹਦੇ 'ਚ ਮੈਂ ਇਹਨੂੰ ਕਹਾਂਗਾ ਕਿ ਬਹੁਤ ਵਧੀਆ ਤਰੀਕੇ ਨਾਲ ਇਹ ਕਰ ਰਹੇ ਨੇ ਕੰਮ। ਜੇ ਸੀਸੀਟੀਵੀ ਲੱਗੇ ਹੋਣ, ਇਹ ਨੌਬਤੀ ਨਾ ਆਵੇ? ਮੇ ਬੀ ਸੀਸੀਟੀਵੀਜ਼ ਮੇਰੇ ਖਿਆਲ 'ਚ ਸਾਰੇ, ਮੈਨੂੰ ਲੱਗਦਾ ਜਿਹੜੇ ਜਦੋਂ ਤੱਕ ਮੈਨੂੰ ਇਨਫੋਰਮੇਸ਼ਨ ਹੈ, ਚਲੋ ਮੈਂ ਇਸ 'ਤੇ ਕਮੈਂਟ ਨਹੀਂ ਕਰੂੰਗਾ ਕਿਉਂਕਿ ਇਹ ਮੈਨੂੰ ਲੱਗਦਾ ਤੁਹਾਡਾ ਕੋਈ ਹੋਰ ਮੈਟਰ 'ਤੇ ਜਾ ਰਹੇ ਹਾਂ ਆਪਾਂ। ਸੋ ਜੇ ਨਹੀਂ ਲੱਗੇ ਤਾਂ ਉਹ ਲੱਗ ਜਾਣਗੇ। ਐਲੀ ਮਾਰਕੀਟ ਦੀ ਮੁਹਾਲੀ ਦੀ ਅਦਾਲਤ ਨੇ ਜ਼ਮਾਨਤ ਮਨਜ਼ੂਰ ਕਰ ਲਈ ਹੈ ਅਤੇ ਭਲਕੇ ਜਾਂ ਦੇਰ ਸ਼ਾਮ ਤੱਕ ਐਲੀ ਮਾਰਕੀਟ ਜੇਲ੍ਹ ਤੋਂ ਬਾਹਰ ਆ ਜਾਣਗੇ। ਘੁੰਮਣ ਬ੍ਰਦਰ ਉਹਨਾਂ ਦੇ ਵਕੀਲ ਨੇ, ਇਹਨਾਂ ਨਾਲ ਗੱਲ ਕਰਦੇ ਹਾਂ। ਘੁੰਮਣ ਸਾਹਿਬ, ਕੀ ਪਲੀ ਲਈ ਤੁਸੀਂ ਜ਼ਮਾਨਤ ਵਾਸਤੇ? ਦੇਖੋ ਜਿਹੜੀ FIR ਸੀ ਇਨੀਸ਼ਲੀ ਜਿਹੜੀ ਪੁਲਿਸ ਨੇ ਰਜਿਸਟਰਡ ਕੀਤੀ ਹੈ, ਉਹ ਅੰਡਰ ਸੈਕਸ਼ਨ 294, 504, 506, 167 ਲਾਇਆ ਸੀ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਦਾ। ਲੇਟਰ ਔਨ ਦੇ ਆਰ ਐਡਿਡ ਸੈਕਸ਼ਨ 295A ਅਲੋਂਗ ਵਿਦ 120B। ਸੋ ਸਾਡਾ ਇਹ ਸੀਗਾ ਕਿ ਜਦੋਂ FIR ਜਿਹੜੀ ਰਜਿਸਟਰਡ ਕੀਤੀ ਗਈ ਹੈ, ਇਟਸ ਅ ਕੋਮਨ FIR ਅਗੇਂਸਟ ਰੰਧਾਵਾ ਬ੍ਰਦਰਸ ਅਤੇ ਨਾਲ ਜਿਹੜਾ ਹੈਗਾ ਐਲੀ ਮਾਂਗਟ, ਰਾਈਟ? ਸੋ ਹੁਣ ਜਿਹੜੀ ਜ਼ਮਾਨਤ ਦੇ ਉੱਪਰ ਅਸੀਂ ਪ੍ਰੈਸ ਕੀਤਾ, ਉਹ ਇਹ ਕਿਹਾ ਕਿ 295A ਸਿਰਫ ਅਸੀਂ ਪ੍ਰੈਸ ਕਰਾਂਗੇ ਕਿਉਂਕਿ ਉਹ ਨੋਨ ਅਵੇਲੇਬਲ ਅਫੈਂਸ ਹੈ। ਸੋ ਨੋਨ ਅਵੇਲੇਬਲ ਅਫੈਂਸ ਅਸੀਂ ਇਹੀ ਦਿੱਤਾ ਕਿ ਇਹ ਓਨਲੀ ਔਨ ਦਾ ਬੇਸਿਸ ਆਫ 1 ਵੀਡੀਓ ਆਇਆ, ਵੀਡੀਓ ਹਜੇ ਅੰਡਰ ਕੁਸ਼ਚਨ ਹੈ, ਉਹ ਹਜੇ FSL ਰਿਪੋਰਟ ਨੂੰ ਜਾਣਾ, ਫੋਰੈਂਸਿਕ ਸਾਇੰਸ ਲੈਬੋਰਟਰੀ ਉਹਨਾਂ ਨੇ ਭੇਜਣੀ ਹੈ, ਫਿਰ ਉਹਦੀ ਰਿਪੋਰਟ ਆਉਣੀ ਹੈ। ਸੋ ਇਟ ਟੇਕਸ ਅ ਲੌਂਗ ਟਾਈਮ। ਅਤੇ ਇਹ ਵੀ ਕੋਈ ਹੈ ਕਾਨੂੰਨ ਕਿ ਐਵੇਂ ਦੀ ਧਾਰਾ ਦੇ ਬਾਰੇ ਪਹਿਲਾਂ ਜਾਂਚ ਕਰਾਉਣੀ ਜ਼ਰੂਰੀ ਹੈ ਜੇ ਕੋਈ ਵੀਡੀਓ ਜਾਂ ਕੋਈ ਆਡੀਓ ਆਉਂਦੀ? ਦੇਖੋ ਪ੍ਰਾਈਮ ਆਫ ਸਾਈ ਇਹਨਾਂ ਨੇ 295A ਜਿਹੜੀ ਹੈ ਉਹ ਲਗਾ ਦਿੱਤੀ ਹੈ। ਇਹਦੇ 'ਤੇ ਇਹ ਚਾਹੀਦਾ ਸੀ ਕਿ DA ਲੀਗਲ ਦੀ ਓਪੀਨੀਅਨ ਲੈ ਲੈਂਦੇ, ਸਟੇਟ ਤੋਂ ਅਪਰੂਵਲ ਲੈ ਲੈਂਦੇ, ਠੀਕ ਹੈ। ਔਰ ਇਹਦੇ ਵਿੱਚ ਕੀ ਹੈ, ਜਿਹੜੇ ਇਨਗਰੀਡੀਐਂਟ ਨੇ 295A ਦੇ ਉਹ ਵੀ ਬਣ ਨਹੀਂ ਰਹੇ ਕਿਉਂਕਿ ਉਹ ਕਲਾਸ ਆਫ ਸੋਸਾਇਟੀ ਜਿਹੜੀ ਤੁਸੀਂ ਸਪੈਸੀਫਿਕਲੀ ਕਹਿ ਦਿੰਦੇ ਹੋ ਉਹ ਸੇਮ ਰਿਲੀ ਜਾਂਦਾ ਹੈ, ਔਰ ਵੀਡੀਓ ਦੇ ਬੇਸਿਸ ਦੇ ਉੱਪਰ ਇਹਨਾਂ ਨੇ ਲਗਾ ਦਿੱਤੀ, ਇਨਗਰੀਡੀਐਂਟ ਫੁਲਫਿਲ ਨਹੀਂ ਹੋ ਰਹੇ। ਪੁਲਿਸ ਨੇ ਬਹੁਤ ਹੀ ਕਾਲੀ ਦਿਖਾਈ ਇਸ ਮਾਮਲੇ 'ਚ ਅਤੇ ਉਹਨੂੰ ਜੇਲ੍ਹ ਦੀ ਹਵਾ ਖਾਣੀ ਪਈ ਐਲੀ ਮਾਂਗਟ ਨੂੰ। ਦੇਖੋ ਮੈਂ ਸਟੇਜ ਦੇ ਉੱਪਰ ਇਹ ਨਹੀਂ ਕਹੂੰਗਾ, ਜਿਵੇਂ ਉਹਨਾਂ ਨੂੰ ਪੁਲਿਸ ਨੇ, ਸਟੇਟ ਨੇ ਆਪਣੇ ਵੱਲੋਂ FIR ਰਜਿਸਟਰਡ ਕਰਨੀ ਸੀਗੀ, ਉਹਨਾਂ ਨੇ ਇਨੀਸ਼ਲੀ ਰਜਿਸਟਰਡ ਕਰ ਲਈ, ਲੇਟਰ ਉਹਨਾਂ ਨੇ ਠੀਕ ਹੈ ਜਿਹੜਾ 295A ਲਗਾਈ, ਬਟ ਇਹ ਲੱਗ ਰਿਹਾ ਕਿ ਬੜੇ ਹੋਸ਼ ਪੋਸ਼ ਤਰੀਕੇ ਦੇ ਵਿੱਚ ਇਹਨਾਂ ਨੇ ਵਿਦਆਊਟ ਸੀਕਿੰਗ ਦੀ ਰਿਪੋਰਟ ਫਰੋਮ ਦੀ DA ਲੀਗਲ ਹੈ ਨਾ, ਜਾਂ ਵਟਐਵਰ ਜੋ ਵੀ ਤੁਸੀਂ ਕਹੋ, 295A ਦੇ ਇਨਗਰੀਡੀਐਂਟ ਬਣਦੇ ਹੀ ਨਹੀਂ ਸੀਗੇ। ਚਲੋ ਐਨੀ ਹਾਓ ਅਸੀਂ ਕੋਰਟ ਨੂੰ ਇਸ ਚੀਜ਼ ਬਾਰੇ ਅਪਰਾਈਜ਼ ਕਰਵਾ ਦਿੱਤਾ ਕਿ 295A ਦੇ 'ਤੇ ਬਣਦੀ ਨਹੀਂ। ਸੋ ਇਟ ਟੇਕਸ ਅ ਲੌਂਗ ਟਾਈਮ, FSL ਨੂੰ ਜਾਣੀ ਹੈ, ਹਜੇ ਵੀਡੀਓ ਇਨ ਕੁਸ਼ਚਨ ਹੈ, ਜੋ ਵੀ ਹੈਗਾ ਦੇਖਾਂਗੇ ਜੀ। ਇੱਕ ਪੁਲਿਸ ਵਾਰ ਵਾਰ ਇਹ ਕਹਿ ਰਹੀ ਸੀ ਕਿ ਉੱਥੇ ਗੋਲੀਆਂ ਚੱਲੀਆਂ ਔਰ ਜਾਣ ਬੁੱਝ ਕੇ ਇਕੱਠ ਕੀਤਾ ਗਿਆ, ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਡਿਊਰਿੰਗ ਪੁਲਿਸ ਰਿਮਾਂਡ ਕੁਛ ਵੀ ਇਹਨਾਂ ਤੋਂ ਰਿਕਵਰ ਨਹੀਂ ਹੋਇਆ, ਮੇਅਰਲੀ ਔਨ ਦੀ ਬੇਸਿਸ ਆਫ ਦੀ ਐਪਰੀਹੈਂਸ਼ਨ, ਇਟਸ ਅ ਪ੍ਰੀਕੋਸ਼ਨਰੀ ਅਰੈਸਟ। ਕੋਈ ਉੱਥੇ ਫਾਈਟ ਨਹੀਂ ਹੋਈ, ਕੋਈ ਉੱਥੇ ਇੰਜਰੀ ਨਹੀਂ ਹੋਈ, ਨਥਿੰਗ ਵਾਜ਼ ਰਿਕਵਰਡ, ਠੀਕ ਹੈ ਜੀ। ਸੋ ਮੌਕੇ 'ਤੇ ਕੁਛ ਵੀ ਇਹਨਾਂ ਤੋਂ ਰਿਕਵਰ ਨਹੀਂ ਹੋਇਆ, ਈਵਨ ਡਿਊਰਿੰਗ ਪੁਲਿਸ ਰਿਮਾਂਡ ਕੁਛ ਵੀ ਉਹਨਾਂ ਤੋਂ ਰਿਕਵਰ ਨਹੀਂ ਕਰ ਸਕੇ। ਸਿਰਫ ਇਹਨਾਂ ਨੇ ਜਿਹੜੀਆਂ ਗਾਈਡਲਾਈਨਸ ਨੇ DK ਬਾਸੂ ਦੀਆਂ, ਸਿਰਫ ਡਾਇਰੈਕਟਲੀ ਜੋ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਨੇ ਉਹਨਾਂ ਮੁਤਾਬਕ ਉਹਨਾਂ ਦੀ ਵਾਇਲੇਸ਼ਨ ਕੀਤੀ ਹੈ, ਉਹ ਉਹਨਾਂ ਦੇ ਨਾਲ ਇਲ ਟ੍ਰੀਟਮੈਂਟ ਜਿਹੜਾ ਕੀਤਾ ਗਿਆ, ਉਹਨਾਂ ਦੇ ਨਾਲ ਕਸਟੋਡੀਅਲ ਟੋਰਚਰ ਕੀਤਾ ਗਿਆ, ਉਹਦੀ ਡਾਇਰੈਕਟਲੀ DK ਬਾਸੂ ਦੀਆਂ ਜਿਹੜੀਆਂ ਗਾਈਡਲਾਈਨਸ ਸੁਪਰੀਮ ਕੋਰਟ ਦੀਆਂ ਨੇ ਉਹਨਾਂ ਦੀ ਡਾਇਰੈਕਟਲੀ ਇਹਨਾਂ ਨੇ ਵਾਇਲੇਸ਼ਨ ਕੀਤੀ ਹੈ। ਐਲੀ ਮਾਰਕੀਟ 'ਤੇ ਸਰੀਰਕ ਤਸ਼ੱਦਦ ਵੀ ਕੀਤਾ ਥਾਣੇ ਦੇ ਵਿੱਚ, ਉਹਦੇ ਬਾਰੇ ਕੀ ਹੈ ਕੇਸ? ਇਹਦੇ 'ਤੇ ਸੀਐਮਓ ਸਾਹਿਬ ਨੇ ਬੋਰਡ ਕੰਸਟੀਟਿਊਟ ਕਰਤਾ ਸੀ, ਜਿਹਦੀ ਥਾਰੋਲੀ ਇਨਵੈਸਟੀਗੇਸ਼ਨ ਜਿਹੜੀ ਉਹਨਾਂ ਨੇ ਕੀਤੀ ਹੈ ਡਾਕਟਰਸ ਨੇ, ਉਹ ਰਿਪੋਰਟ ਸਾਡੇ ਕੋਲ ਪਹੁੰਚ ਗਈ ਹੈ ਜੀ। ਉਹਦੇ ਵਿੱਚ ਤੁਸੀਂ ਕਹੋ ਵੀ ਲਗਭਗ 6 ਤੋਂ 7 ਜਿਹੜੀਆਂ ਸੀਰੀਅਸ ਇੰਜਰੀਜ਼ ਉਹਦੇ ਵਿੱਚ ਆਈਆਂ ਨੇ। ਅਤੇ ਕਿੱਥੇ ਕਿੱਥੇ ਇੰਜਰੀਜ਼ ਨੇ? ਦੇਖੋ ਇੰਜਰੀਜ਼ ਉਹਨਾਂ 'ਤੇ ਤੁਸੀਂ ਕਹਿ ਸਕਦੇ ਹੋ ਵੀ ਪੈਰਾਂ 'ਤੇ ਵੀ ਹੈਗੀਆਂ ਨੇ, ਸੋ ਕਾਫੀ ਤੁਸੀਂ ਕਹਿ ਸਕਦੇ ਹੋ ਹੱਥਾਂ 'ਤੇ ਵੀ ਇੰਜਰੀਜ਼ ਨੇ, ਈਵਨ ਤੁਸੀਂ ਕਹਿ ਸਕਦੇ ਹੋ ਵੀ ਸੀਕਰਟ ਪਾਰਟਸ ਦੇ ਉੱਪਰ ਵੀ ਇੰਜਰੀਜ਼ ਆਈਆਂ ਨੇ। ਅਤੇ ਪੁਲਿਸ 'ਤੇ ਵੱਡੇ ਸਵਾਲ ਖੜ੍ਹੇ ਹੋਏ ਨੇ, ਪੁਲਿਸ ਅਜੇ ਵੀ 30 ਸਾਲ ਪੁਰਾਣੇ ਮਾਹੌਲ ਦੇ ਵਿੱਚ ਗੁਜ਼ਰ ਰਹੀ ਆ, ਟੋਰਚਰ ਦੀ ਇਸ ਕਿਸਮ ਦੇ ਮਾਮਲਿਆਂ 'ਚ ਲੋੜ ਨਹੀਂ ਹੁੰਦੀ, ਇਹਦੇ ਬਾਰੇ ਵੀ ਕੋਈ ਤੁਸੀਂ ਕੇਸ ਕਰੋਗੇ? ਸੋ ਇਹਦੇ ਵੱਲੋਂ ਅਸੀਂ ਇਹੀ ਹੈ ਵੀ ਜੋ ਵੀ ਇਹਦੇ ਵਿੱਚ ਜਿਹੜੇ ਪੁਲਿਸ ਅਫੀਸ਼ੀਅਲਸ ਨੇ ਮਿਸਯੂਟੀਲਾਈਜ਼ ਕੀਤਾ ਇਸ ਪ੍ਰੋਸੈਸ ਆਫ ਲਾਅ ਨੂੰ, ਉਹਨਾਂ ਦੇ ਅਗੇਂਸਟ ਅਸੀਂ ਜੋ ਵੀ ਇਹਦੀ ਲੀਗਲ ਕਾਰਵਾਈ ਹੋਏਗੀ ਉਹ ਅਸੀਂ ਫਰਦਰ ਅਸੀਂ ਪ੍ਰੋਸੀਡ ਕਰਾਂਗੇ ਜੀ। ਐਲੀ ਮਾਰਕੀਟ ਜੀ ਕਦੋਂ ਕੁ ਬਾਹਰ ਆਉਣ ਦੀ ਸੰਭਾਵਨਾ?
ਐਲੀ ਮਾਗੜ ਤੁਸੀਂ ਕਹੋ ਵੀ ਹੁਣ ਅਸੀਂ ਜਿਹੜੇ ਉਹਨਾਂ ਦੇ ਸ਼ੋਰਟੀ ਬੌਂਡਸ ਨੇ ਉਹ ਅਸੀਂ ਫਰਨਿਸ਼ ਕੋਰਟ ਦੇ ਵਿੱਚ ਕਰ ਰਹੇ ਹਾਂ। ਸੋ ਮੈਨੂੰ ਲੱਗ ਰਿਹਾ ਵੀ ਹੁਣੀ ਅਸੀਂ ਇੱਥੋਂ ਬਾਈ ਮੇਲ ਉੱਥੇ ਉਹਨਾਂ ਨੇ ਕਰ ਦੇਣੀ ਹੈ। ਸੋ ਘੰਟੇ ਡੇਢ ਦੋ ਦੇ ਵਿੱਚ ਮੈਨੂੰ ਲੱਗਦਾ ਵੀ ਜੇਲ੍ਹ ਆਊਟ ਹੋ ਜਾਣਗੇ। ਵਕੀਲ ਸਾਹਿਬ ਇੱਕ ਵੱਡਾ ਸਵਾਲ ਇਹ ਆ ਜਾਂਦਾ ਕਿ ਥਾਣਿਆਂ ਦੇ ਵਿੱਚ CCTV ਕੈਮਰੇ ਨਹੀਂ ਲੱਗਣੇ ਹੋਣੇ ਚਾਹੀਦੇ, ਕਿਉਂਕਿ ਪੁਲਿਸ ਜਿਹਨੂੰ ਦੇਖਦੀ ਆ ਟੋਰਚਰ ਕਰ ਦਿੰਦੀ ਆ, ਇਹ 'ਤੇ ਕੋਈ ਰੋਕ ਲੱਗਣੀ ਚਾਹੀਦੀ ਆ ਪੱਕੇ ਤੌਰ 'ਤੇ? ਅੱਜ ਇੱਕ ਮਿੰਟ, ਅੱਜ ਐਲੀ ਮਾਗਟ ਫਸਿਆ, ਕੱਲ੍ਹ ਨੂੰ ਕੋਈ ਹੋਰ ਹੋ ਸਕਦਾ, ਪਰਸੋਂ ਕੋਈ ਹੋਰ। ਮੈਂ ਇੱਕ ਜਵਾਬ ਦੇਣਾ ਚਾਹੂੰਗਾ। ਦੇਖੋ ਮੈਂ ਇੱਥੇ ਪ੍ਰੈਸ ਕਰ ਰਿਹਾ ਐਲੀ ਮਾਗਟ ਦਾ ਕੇਸ, ਨੋ ਡਾਊਟ। ਦੇਖੋ ਪੁਲਿਸ ਦੇ ਕੰਮ ਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ, ਪੰਜਾਬ ਦੀ ਜਿਹੜੀ ਪੁਲਿਸ ਹੈ ਮੈਨੂੰ ਲੱਗਦਾ ਆਪਣੇ ਕੰਟਰੀ ਦੀ ਜਿਹੜੀ ਪੁਲਿਸ ਹੈ ਉਹਦੇ 'ਚ ਮੈਂ ਇਹਨੂੰ ਕਹਾਂਗਾ ਕਿ ਬਹੁਤ ਵਧੀਆ ਤਰੀਕੇ ਨਾਲ ਇਹ ਕਰ ਰਹੇ ਨੇ ਕੰਮ। ਇੱਕ ਕੇਸ ਆਇਆ ਜੋ ਸਾਡੀ ਸਾਹਮਣੇ ਆਇਆ, ਉਹ ਇਲ ਟ੍ਰੀਟਮੈਂਟ ਕੀਤਾ ਗਿਆ। ਅਸੀਂ ਵੀ ਮੁਹਾਲੀ ਅਦਾਲਤ ਨੇ, ਇੱਕ ਮਿੰਟ, ਅੱਜ ਵੀ ਮੁਹਾਲੀ ਅਦਾਲਤ ਨੇ 6 ਸਾਲ ਦੀ ਸਜ਼ਾ ਸੁਣਾਈ ਆ ਕਿਡਨੈਪਿੰਗ ਦੇ ਮਾਮਲੇ ਵਿੱਚ, ਇੱਕ ਮੁੰਡੇ ਨੂੰ ਚੱਕਿਆ ਖਤਮ ਕਰਤਾ। ਜੇ CCTV ਲੱਗੇ ਹੋਣ ਇਹ ਨੌਬਤੀ ਨਾ ਆਵੇ? ਮੇ ਬੀ CCTVs ਮੇਰੇ ਖਿਆਲ 'ਚ ਸਾਰੇ ਮੈਨੂੰ ਲੱਗਦਾ ਜਿਹੜੇ ਜੋ ਤੱਕ ਮੈਨੂੰ ਇਨਫੋਰਮੇਸ਼ਨ ਹੈ। ਚਲੋ ਮੈਂ ਇਸ 'ਤੇ ਕਮੈਂਟ ਨਹੀਂ ਕਰੂੰਗਾ ਕਿਉਂਕਿ ਇਹ ਮੈਨੂੰ ਲੱਗਦਾ ਤੁਹਾਡਾ ਕੋਈ ਹੋਰ ਮੈਟਰ 'ਤੇ ਜਾ ਰਹੇ ਹਾਂ ਆਪਾਂ। ਸੋ ਜੇ ਨਹੀਂ ਲੱਗੇ ਤਾਂ ਉਹ ਲੱਗ ਜਾਣਗੇ, ਇਹ ਕੋਈ ਹੈ ਨਹੀਂ। ਪਰ ਹਾਂ ਇਹ ਜ਼ਰੂਰੀ ਨੇ, ਇਹ ਚਾਹੀਦੇ ਨੇ ਸਾਰੇ CCTV ਕੈਮਰਾਜ਼ ਜਿਹੜੇ ਨੇ ਥਾਣਿਆਂ 'ਚ, ਜਿਹੜੀ ਜਦੋਂ ਤੱਕ ਮੈਨੂੰ ਇਨਫੋਰਮੇਸ਼ਨ ਹੈ ਤਾਂ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਹੋ ਚੁੱਕੇ ਨੇ। ਪਰ ਮੈਂ ਇਸ ਚੀਜ਼ ਤੱਕ ਕਮੈਂਟ ਨਹੀਂ ਕਰੂੰਗਾ। ਮੈਂ ਹਾਲ ਦੀ ਘੜੀ ਕੋ ਐਲੀ ਮਾਗੜ ਦੀ ਬੇਲ ਕਰਵਾਈਏ, ਮੈਂ ਉਹਦੇ 'ਤੇ ਜਿਹੜੀ ਪਰ ਦੀ ਗਾਈਡਲਾਈਨਸ ਆਫ ਦੀ ਸੁਪਰੀਮ ਕੋਰਟ, ਇਹਨੇ ਹੀਨੀਅਸ ਕ੍ਰਾਈਮ ਵੀ ਤੁਸੀਂ ਇਹ ਜਿਹੜਾ 3rd degree ਟ੍ਰੀਟਮੈਂਟ ਇਹਨੂੰ ਤੁਸੀਂ ਕਹਿ ਲਓ ਕਸਟੋਡੀਅਲ ਟੋਰਚਰ ਜਿਹੜਾ ਕੀਤਾ ਗਿਆ, ਇਹ ਡਾਇਰੈਕਟਲੀ ਵਾਇਲੇਸ਼ਨ ਕੀਤੀ ਗਈ। ਇੱਕ ਥਾਣਾ ਇੰਨਾ ਵਧੀਆ ਬਣਾਇਆ ਗਿਆ 5-star ਦੀ ਤਰ੍ਹਾਂ, ਉਹ ਜੋ ਪੁਲਿਸ ਵਾਲਿਆਂ ਦੀ ਆਡੀਓ ਵਾਇਰਲ ਹੋਈ ਉਹਦੇ ਵਿੱਚ ਵੀ ਜ਼ਿਕਰ ਆ ਕਿ ਪੁਲਿਸ ਵਾਲਿਆਂ ਦੀ ਮਾਨਸਿਕਤਾ ਵੀ ਥੋੜ੍ਹੀ ਚੇਂਜ ਕਰਨ ਦੀ ਲੋੜ ਆ ਜਿਸ ਤਰ੍ਹਾਂ ਥਾਣਾ ਬਦਲਿਆ ਗਿਆ। ਦੇਖੋ ਅਸੀਂ ਇਹ ਸਾਰਾ ਮੈਟਰ ਜਿਹੜਾ ਅਸੀਂ ਓਨੇਬਲ DGP ਸਾਹਿਬ ਨੂੰ ਅਸੀਂ ਸਾਰਾ ਮੈਟਰ ਪੁੱਟ ਅਪ ਕਰਨਾ। ਉਹਨਾਂ ਨੇ ਜਿਹੜੇ ਜਿਹੜੇ ਵੀ ਮੈਂ ਅਸੀਂ ਪਹਿਲਾਂ ਵੀ ਗੱਲ ਕਹਿ ਚੁੱਕੇ ਹਾਂ ਕਿ ਜਿਹੜੇ ਜਿਹੜੇ ਪੁਲਿਸ ਅਫੀਸ਼ੀਅਲਸ ਜਿਨ੍ਹਾਂ ਨੇ ਤੁਸੀਂ ਕਹੋ ਵੀ ਮੌਕੇ ਦੇ ਉੱਪਰ ਆਪਣੇ 5 ਬੰਦਿਆਂ ਨੇ ਫੋਨ ਸਵਿੱਚ ਆਫ ਕੀਤੇ, ਜਿਹੜਾ ਕਿ ਉਹ ਮਾਣਯੋਗ ਸਾਡੀ ਜੱਜ ਸਾਹਿਬ ਨੇ ਆਰਡਰ ਦੇ ਵਿੱਚ ਵੀ ਇਹ ਚੀਜ਼ ਪਾਤੀ ਹੈ, ਜਿਹੜੇ ਜਿਹੜੇ ਵੀ ਇਹਦੇ ਵਿੱਚ ਪੁਲਿਸ ਅਫੀਸ਼ੀਅਲਸ ਜੋ ਵੀ ਕਲਪ੍ਰਿਟਸ ਹੋਣਗੇ ਉਹਨਾਂ ਦੇ ਅਗੇਂਸਟ ਅਸੀਂ ਜੋ ਲੀਗਲੀ ਕਾਰਵਾਈ ਹੈ ਉਹ ਅਸੀਂ ਆਪਣੀ। ਜਿਹੜੇ ਫੋਨ ਸਵਿੱਚ ਆਫ ਕੀਤੇ ਉਹ ਕੀ ਮੈਟਰ, ਉਹ ਵੀ ਦੱਸੋ ਸਾਡੇ ਪਾਠਕਾਂ ਦਰਸ਼ਕਾਂ। ਸਰ ਉਸ ਕੇਸ ਦੇ ਵਿੱਚ ਇਹ ਹੋਇਆ ਸੀ ਕਿ ਜਿਸ ਦਿਨ ਇਹਨਾਂ ਨੇ ਜੁਡੀਸ਼ੀਅਲ ਕਰਵਾਉਣ ਲਈ ਕੋਰਟ ਦੇ ਵਿੱਚ ਲੈ ਕੇ ਆਉਂਦਾ, ਸਾਨੂੰ ਜਿਹੜਾ ਟਾਈਮ ਦਿੱਤਾ ਗਿਆ ਉਹ 2:30 ਵਜੇ ਦਾ ਦੇਗਾ। ਬੇਸਿਕਲੀ ਇਟਸ ਦੀ ਡਿਊਟੀ ਆਫ ਦੀ ਲਾਅ, ਇਟਸ ਦੀ ਐਡਮਿਟਡ ਫੈਕਟ। ਬਟ ਹੋਇਆ ਕੀ ਕਿ ਇਹ ਲੈ ਕੇ 12:15 ਆ ਗਏ, ਅਸੀਂ ਮਤਲਬ 5 ਕੁ ਮਿੰਟ ਲੇਟ ਆਏ। ਮੇ ਬੀ ਦੇ ਆਰ ਹੈਵਿੰਗ ਦੀ ਸਟਰੋਂਗ ਇਨਫੋਰਮੇਸ਼ਨ ਵੀ ਅੱਜ ਇੱਕ ਐਪਲੀਕੇਸ਼ਨ ਦੇਣ ਜਾ ਰਹੇ ਨੇ ਜਿਹਦੇ 'ਚ ਅਸੀਂ ਕੌਂਸਟੀਟਿਊਟ ਕਰਵਾਉਣਾ ਸੀ ਬੋਰਡ ਆਫ ਡਾਕਟਰਸ। ਕੋਈ ਵੀ ਗੈਟ ਦੀ ਇਨਫੋਰਮੇਸ਼ਨ ਕਿ ਇਹਨੂੰ ਇਲ ਟ੍ਰੀਟ ਕੀਤਾ ਗਿਆ ਡੂਰਿੰਗ ਦੀ ਕੋਰਸ ਆਫ ਪੁਲਿਸ ਰਿਮਾਂਡ। ਸੋ ਉਸ ਦਿਨ ਜਦੋਂ ਜੱਜ ਸਾਹਿਬ ਦੇ ਅਸੀਂ ਧਿਆਨ ਨੂੰ ਅਪਰਾਈਜ਼ ਕਰਵਾਇਆ ਸਾਰੀ ਗੱਲ ਤੋਂ, ਉਹਨਾਂ ਨੇ ਨੈਪ ਕੋਰਟ ਨੂੰ ਕਿਹਾ ਕਿ ਹੁਣੇ ਇਹਨਾਂ ਨੂੰ ਕਾਲ ਕਰ ਲੈ। ਉਹ ਜਦੋਂ ਨੈਪ ਕੋਰਟ ਨੇ ਆ ਕੇ ਦੱਸਿਆ ਜੀ ਕਿ ਨਹੀਂ ਉਹ ਨਹੀਂ ਆ ਰਹੇ, ਉਹਨਾਂ ਦੇ ਫੋਨ ਵੀ ਸਵਿੱਚ ਆਫ ਹੋ ਗਏ ਨੇ, ਅਤੇ ਉਹਨਾਂ ਨੇ ਜਾ ਕੇ ਕਿਉਂਕਿ ਮੇ ਬੀ ਦੇਅਰ ਹੈਵਿੰਗ ਦੀ ਸਟਰੋਂਗ ਇਨਫੋਰਮੇਸ਼ਨ ਵੀ ਅੱਜ ਐਪਲੀਕੇਸ਼ਨ ਮੂਵ ਕਰਨਗੇ ਅਤੇ ਉਸ ਚੀਜ਼ ਨੂੰ ਇਗਨੋਰ ਕਰ ਰਹੇ ਸੀ। ਇਸ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ 'ਤੇ ਕੀ ਗਾਜ ਗਿਰ ਸਕਦੀ ਹੈ? ਇਸ ਦੇ ਵਿੱਚ ਇਸਦਾ ਹੋਇਆ ਜੀ, ਇੱਕ ਆਰਡਰ ਆ ਗਿਆ ਆਪਣੇ ਜੱਜ ਸਾਹਿਬ ਅਮਿਤ ਬਖਸ਼ੀ ਦਾ, ਉਸ ਆਰਡਰ ਨੂੰ ਸਾਡੀ ਐਪਲੀਕੇਸ਼ਨ MLR ਦੀ ਰਿਪੋਰਟ ਅਸੀਂ ਸਾਰਾ ਕੁਝ ਕਲੱਬ ਕਰਕੇ ਮੋਰਨਿੰਗ DGP ਸਾਹਿਬ ਨੂੰ ਮਿਲਣਾ ਵੀ ਇਹਦੇ 'ਤੇ ਫਰਦਰ ਜਿਹੜੀ ਰਜਿਸਟ੍ਰੇਸ਼ਨ ਆਫ ਦੀ FIR ਐਂਡ ਦੀ ਡਿਪਾਰਟਮੈਂਟਲ ਇਨਕੁਆਇਰੀ ਅਗੇਂਸਟ ਦੀ ਵਟ ਐਵਰ ਦੀ ਅਥੋਰਟੀਜ਼ ਜਿਹੜੀਆਂ ਇਨਵੋਲਵ ਨੇ ਜਿਨ੍ਹਾਂ ਨੇ ਇਲ ਟ੍ਰੀਟ ਕੀਤਾ ਗਿਆ। ਸੋ ਡੈਫੀਨੇਟਲੀ ਅਸੀਂ ਜਸਟਿਸ ਮੰਗਾਂਗੇ, ਮੈਨੂੰ ਲੱਗਦਾ ਉਹ ਡੈਫੀਨੇਟਲੀ ਇਸ ਚੀਜ਼ 'ਤੇ। ਅਸੀਂ ਇੱਕ ਚੀਜ਼ ਚਾਹੁੰਦੇ ਹਾਂ ਵੀ ਘੱਟੋ ਘੱਟ ADGP ਕ੍ਰਾਈਮ ਇਸ ਮੈਟਰ ਦੀ ਇਨਵੈਸਟੀਗੇਸ਼ਨ ਕਰਨ, ਕਿਉਂਕਿ ਜਿਹੜਾ ਮੈਟਰ ਇਹ ਮੋਹਾਲੀ ਪੁਲਿਸ ਦਾ, ਸੋ ਮੋਹਾਲੀ ਪੁਲਿਸ ਲੋਕਲ ਹੋਣ ਕਰਕੇ ਕੋਈ ਵੀ ਬਾਇਸ ਇਨਵੈਸਟੀਗੇਸ਼ਨ ਨਾ ਕੀਤੀ ਜਾਵੇ। ਸੋ ਇਹਦੇ 'ਚ ਅਸੀਂ ਇਹ ਵੀ ਅਸੀਂ ਮੈਟਰ ਪੁੱਟ ਅਪ ਕਰਾਂਗੇ ਕਿ ਜੋ ਇਨਵੈਸਟੀਗੇਸ਼ਨ ਕਰਵਾਉਣੀ ਹੈ ਉਹ ਘੱਟੋ ਘੱਟ ADGP ਇਨਵੈਸਟੀਗੇਸ਼ਨ ਤੋਂ ਇਹ ਇਨਵੈਸਟੀਗੇਸ਼ਨ ਕਰਵਾਈ ਜਾਵੇ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਇਹ ਸਨ ਘੁੰਮਣ ਬ੍ਰਦਰ ਜੋ ਐਲੀ ਮਾਗਟ ਦੇ ਵਕੀਲ ਨੇ। ਇਹਨਾਂ ਦਾ ਕਹਿਣਾ ਹੈ ਕਿ ਐਲੀ ਮਾਗਟ 'ਤੇ ਪੁਲਿਸ ਨੇ ਜਾਣ ਬੁੱਝ ਕੇ ਤਸੱਦਦ ਕੀਤਾ ਸੀ, ਉਸ ਦੇ ਉੱਤੇ ਕੇਸ ਵੀ ਬਣਾਇਆ ਗਿਆ ਜਿਸ ਕਾਰਨ ਉਹਨਾਂ ਅਦਾਲਤ ਵਿੱਚ ਅੱਜ ਜ਼ਮਾਨਤ ਲਈ ਸੀ। ਅਦਾਲਤ ਨੇ ਜ਼ਮਾਨਤ ਮਨਜ਼ੂਰ ਕਰ ਲਈ ਹੈ ਅਤੇ ਐਲੀ ਮਾਗਟ ਜਲਦੀ ਜੇਲ੍ਹ 'ਚੋਂ ਬਾਹਰ ਆ ਜਾਣਗੇ। SS ਨਗਰ ਮੋਹਾਲੀ ਤੋਂ ਦਰਸ਼ਨ ਸਿੰਘ ਖੋਖਰ ਦੀ ਰਿਪੋਰਟ।